ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਐਂਟੀਟੀ 8393 ਪੋਸਟਾਂ ਪੀਐਸਟੈਟ ਤੇ ਅੰਗਣਵੜੀ ਸੁਪਰਵਾਈਜ਼ਰ ਇੰਨਾ ਪੋਸਟਾਂ ਦੇ ਸਿਲੇਬਸ ਦੇ ਅਕੋਰਡਿੰਗ ਆਪਣਾ ਲੈਕਚਰ ਅੱਜ ਸੀਡੀਪੀ ਦਾ ਚਾਈਲਡ ਡਿਵੈਲਪਮੈਂਟ ਸਾਈਕੋਲੋਜੀ ਦਾ ਸੋ ਸ਼ੁਰੂ ਕਰੀਏ ਜੀ ਪਹਿਲਾ ਪ੍ਰਸ਼ਨ ਪੀਐਸਟੈਟ ਵਾਲੇ ਬੱਚੇ ਅੰਗਣਵੜੀ ਸੁਪਰਵਾਈਜ਼ਰ ਤੇ ਐਂਟੀਟੀ 8393 ਜਿਹੜੀਆਂ ਵੀ ਪੋਸਟਾਂ ਦੇ ਵਿੱਚ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਸਲਿਪਸ ਹੈ ਉਹ ਪੋਸਟਾਂ ਦੇ ਲਈ ਇਹ ਆਪਣਾ ਲੈਕਚਰ ਹੈਗਾ ਸੋ ਇਹ ਸਾਰਾ ਸਾਰੀਆਂ ਪੋਸਟਾਂ ਵਾਲੇ ਸੁਣ ਸਕਦੇ ਆ ਸੋ ਸ਼ੁਰੂ ਕਰੀਏ ਜੀ ਪਹਿਲਾ ਪ੍ਰਸ਼ਨ ਵਿਕਾਸ ਦੀ ਪ੍ਰਕਿਰਤੀ ਹੈ ਸੋ ਇਹ ਤਿੰਨ ਆਪਸ਼ਨਾਂ ਦੇ ਵਿੱਚੋਂ ਵਿਕਾਸ ਦੇ ਨਾਲ ਸੰਬੰਧਿਤ ਕਿਹੜੀ ਗੱਲ ਹੈ ਵਿਕਾਸ ਸੀਮਤ ਸੀਮਤ ਹੁੰਦਾ ਨਿਰੰਤਰ ਹੁੰਦਾ ਪਰਿਪੱਕਤਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਦੋਸਤੋ ਬਹੁਤ ਵਾਰ ਆਪਾਂ ਦੱਸਿਆ ਮੇਰੇ ਪੁਰਾਣੇ ਲੈਕਚਰਾਂ ਦੇ ਵਿੱਚੋਂ ਤੁਸੀਂ ਸੁਣ ਸਕਦੇ ਹੋ ਈਐਸਟ ਦੇ ਨਾਲ ਸੰਬੰਧਿਤ ਨੇ ਅੰਗਰਵਾੜੀ ਸੁਪਰਵਾਈਜ਼ਰ ਦੇ ਨਾਲ ਸੰਬੰਧਿਤ ਐਨਟੀਟੀ 8393 ਦੇ ਨਾਲ ਸੰਬੰਧਿਤ ਬਹੁਤ ਸਾਰੇ ਲੈਕਚਰ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸੁਣ ਸਕਦੇ ਹੋ ਸੋ ਇਹ ਆਪਸ਼ਨ ਨੰਬਰ 2 ਸਹੀ ਹੈ ਜੀ ਨਿਰੰਤਰ ਹੁੰਦਾ ਹੈ ਵਿਕਾਸ ਵਿਕਾਸ ਕਦੇ ਵੀ ਰੁਕਣ ਵਾਲੀ ਚੀਜ਼ ਨਹੀਂ ਹੁੰਦੀ ਸਦਾ ਚੱਲਦਾ ਰਹਿੰਦਾ ਮੌਤ ਤੱਕ ਵਿਕਾਸ ਚੱਲਦਾ ਰਹਿੰਦਾ ਆਪਸ਼ਨ ਨੰਬਰ 2 ਸਹੀ ਹੈ ਜੀ ਤੈਨ ਦੋ ਨੰਬਰ ਪ੍ਰਸ਼ਨ ਜੀ ਚਿੰਤਨ ਕਲਪਨਾ ਯਾਦਦਾਸ਼ਤ ਇਕਾਗਰਤਾ ਅਵਲੋਕਣ ਕਿਸ ਵਿਕਾਸ ਅਧੀਨ ਆਉਂਦੇ ਨੇ ਇੱਕ ਮਨੁੱਖ ਦੇ ਇਹ ਸਾਰੀਆਂ ਚੀਜ਼ਾਂ ਕਰਦਾ ਜਦੋਂ ਇੱਕ ਮਨੁੱਖ ਚਿੰਤਨ ਕਰਦਾ ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਚਿੰਤਨ ਕਰਦਾ ਕਲਪਨਾ ਕਰਦਾ ਦਿਮਾਗ ਦੇ ਵਿੱਚ ਬਹੁਤ ਸਾਰੇ ਸੁਪਨੇ ਬਣਾਉਂਦਾ ਉਹਦੇ ਦਿਮਾਗ ਉਹਦੀ ਯਾਦਦਾਸ਼ਤ ਹੈ ਜਿਹੜੀ ਪ੍ਰਾਣੀ ਕਿਤੇ ਉਹ ਮਾਨ ਇਕਾਗਰ ਕਰ ਲੈਂਦਾ ਅਵਲੋਕਣ ਕਰਦਾ ਹੋ ਰਿਜ਼ਲਟ ਕੱਢਦਾਗਾ ਨਤੀਜੇ ਕੱਢਦਾ ਕਿਸੇ ਵਿਕਾਸ ਦੀ ਨੋਂਦੇ ਹੈ ਇਹ ਲਿਖੇ ਆਪਸ਼ਨਾਂ ਦੇ ਵਿੱਚੋਂ ਕਿਹਦੇ ਨਾਲ ਸੰਬੰਧਿਤ ਨੇ ਇਹ ਸਾਰੀਆਂ ਗੱਲਾਂ ਮਾਨਸਿਕ ਵਿਕਾਸ ਦੇ ਨਾਲ ਸਮਾਜਿਕ ਵਿਕਾਸ ਦੇ ਨਾਲ ਭਾਵਨਾਤਮਕ ਵਿਕਾਸ ਜਾਂ ਨੈਤਿਕ ਵਿਕਾਸ ਸੋ ਦੇਖੋ ਸਮਾਜ ਦਾ ਤਾਂ ਇੱਥੇ ਰੋਲਾ ਵੀ ਨਹੀਂ ਹੈਗਾ ਕੋਈ ਗੱਲ ਹੀ ਨਹੀਂ ਸਮਾਜ ਨਾਲ ਨਹੀਂ ਹੁੰਦਾ ਭਾਵਨਾ ਦੀ ਗੱਲ ਇਕੱਲੀ ਭਾਵਨਾ ਦੀ ਗੱਲ ਜੀ ਆਪਾਂ ਜੀ ਕਲਪਨਾ ਦੇ ਨਾਲ ਜੁੜ ਜੂਗੀ ਗੱਲ ਜਾ ਕੇ ਨੈਤਿਕ ਨੈਤਿਕ ਕੋਈ ਸਲੀਕੀ ਵਾਲੀ ਗੱਲ ਨਹੀਂ ਹੈਗੀ ਮਾਨਸਿਕ ਵਿਕਾਸ ਹੈ ਜੀ ਆਪਸ਼ਨ ਨੰਬਰ 1 ਸਹੀ ਆ ਮਾਨਸਿਕ ਵਿਕਾਸ ਦੇ ਨਾਲ ਜਾਵਾਂਗੇ ਸੋ ਤਿੰਨ ਨੰਬਰ ਪ੍ਰਸ਼ਨ ਜੀ ਵਿਕਾਸ ਜਾਂਦਾ ਹੈ ਪਿਛਲੇ ਲੈਕਚਰਾਂ ਦੇ ਵਿੱਚ ਵੀ ਇਹ ਪ੍ਰਸ਼ਨ ਆਇਆ ਸੀ ਸਧਾਰਨ ਤੋਂ ਵਿਸ਼ੇਸ਼ ਵੱਲ ਵਿਸ਼ੇਸ਼ ਤੋਂ ਸਧਾਰਨ ਵੱਲ ਬਰਾਬਰ ਤੌਰ ਤੇ ਸਧਾਰਨ ਅਤੇ ਵਿਸ਼ੇਸ਼ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਵਿਕਾਸ ਨੂੰ ਆਪਾਂ ਪਹਿਲਾਂ ਵੀ ਡਿਫਾਈਨ ਕਰਿਆ ਸੀ ਦੱਸਿਆ ਸੀ ਵੀ ਕਿਵੇਂ ਇਹ ਇਹਦੀ ਹੈਗਾ ਅੱਗੇ ਵਧਣ ਦਾ ਤਰੀਕਾ ਇਹ ਸਧਾਰਨ ਤੋਂ ਵਿਸ਼ੇਸ਼ ਹੁੰਦਾ ਹੈ ਆਪਸ਼ਨ ਨੰਬਰ 1 ਸਹੀ ਹੈ ਜੀ ਸਧਾਰਨ ਤੋਂ ਵਿਸ਼ੇਸ਼ ਚਾਰ ਨੰਬਰ ਪ੍ਰਸ਼ਨ ਹੇਠ ਲਿਖਿਆ ਵਿੱਚੋਂ ਕਿਸ ਤੇ ਇੱਕ ਬੱਚੇ ਦਾ ਵਿਕਾਸ ਨਿਰਭਰ ਕਰਦਾ ਹੈ ਉਸਦੇ ਬਾਧ ਦੇ ਤੇ ਉਸਦੇ ਵਾਤਾਵਰਨ ਤੇ ਉਸਦੀ ਮਾਨਸਿਕਤਾ ਤੇ ਵਾਤਾਵਰਨ ਦੁਆਰਾ ਉਸਦੀ ਬੁੱਧੀ ਅਤੇ ਪਰਿਪੱਕਤਾ ਤੇ ਸੋ ਦੇਖੋ ਥੋੜਾ ਜਿਹਾ 오ਰੀਜਨਲ ਆ ਪ੍ਰਸ਼ਨ ਬਣ ਜਾਂਦਾ ਹੈ ਜਿਹੜੀਆਂ ਪਹਿਲੀਆਂ ਤਿੰਨ ਆਪਸ਼ਨਾਂ ਨੇ ਉਹ ਵੀ ਸਹੀ ਨੇਗੀਆਂ ਪਰ ਜਮਾ ਬੈਸਟ ਆਪਸ਼ਨ ਹੈ ਜਿਹੜੀ ਉਹ ਚਾਰ ਨੰਬਰ ਹੈਗੀ ਆਪਸ਼ਨ ਨੰਬਰ 4 ਇਨਾਂ ਦੇ ਵਿੱਚ ਇੱਕ ਇੱਕ ਗੱਲ ਕਹੀ ਗਈ ਆ ਇੱਥੇ ਇਹਦੀਆਂ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਿਹੜੀਆਂ ਬੱਚੇ ਦੇ ਵਿਕਾਸ ਤੇ ਨਿਰਭਰ ਬੱਚੇ ਦਾ ਵਿਕਾਸ ਜਿਹੜੀਆਂ ਗੱਲਾਂ ਤੇ ਨਿਰਭਰ ਕਰਦਾ ਹੈ ਵਾਤਾਵਰਣ ਦੁਆਰਾ ਉਸ ਦੀ ਬੁੱਧੀ ਅਤੇ ਪਰਿਪੱਕਤਾ ਤੇ ਆਪਸ਼ਨ ਨੰਬਰ 4 ਸਹੀ ਹੈ ਜੀ ਕਿਸੇ ਬੱਚੇ ਦਾ ਵਿਕਾਸ ਹੈ ਜਿਹੜਾ ਇਸ ਗੱਲਾਂ ਤੇ ਨਿਰਭਰ ਕਰਦਾ ਪੰਜ ਨੰਬਰ ਪ੍ਰਸ਼ਨ ਜੀ ਸੋ ਦੋਸਤੋ ਥੋੜਾ ਜਿਹਾ ਨੋਟ ਕਰਵਾ ਲਈਏ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਜਿਹੜੀਆਂ ਵੀ ਪੋਸਟਾਂ ਦੇ ਵਿੱਚ ਸਿਲੇਬਸ ਆ ਜਿਵੇਂ ਸੀ ਹੋ ਗਿਆ ਪੀਐਸਟੈਟ ਦਾ ਹੋ ਗਿਆ ਦੋਨੇ ਪੇਪਰ ਪੀਐਸਟੈਟ ਦੇ ਐਂਟੀਟੀ 83 93 ਤੇ ਅੰਗਣਵਾੜੀ ਸੁਪਰਵਾਈਜ਼ਰ ਇਹਨਾਂ ਸਾਰਿਆਂ ਦੇ ਨੋਟਸ ਮਿਲ ਜਾਣਗੇ ਜੇਕਰ ਤੁਸੀਂ ਨੋਟਸ ਪ੍ਰਾਪਤ ਕਰਨੇ ਆਪਣੇ ਤੋਂ ਨੋਟਸ ਟਾਈਪ ਕੀਤੇ ਹੋਣਗੇ ਬਕਾਇਦਾ ਸਿਲੇਬਸ ਦੇ ਅਕੋਰਡਿੰਗ ਹੋਣਗੇ ਤੁਸੀਂ ਫੋਨ ਕਰ ਸਕਦੇ ਹੋ 88 474 77007 ਤੇ ਬਚਪਨ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਹਨ ਸਰੀਰਕ ਵਿਕਾਸ ਦੀਆਂ ਸਮੱਸਿਆਵਾਂ ਸਮਾਜੋਜਨ ਦੀਆਂ ਸਮੱਸਿਆਵਾਂ ਭਾਵਨਾਵਾਂ ਅਤੇ ਸੈਕਸ ਸੰਬੰਧੀ ਸਮੱਸਿਆਵਾਂ ਉਪਰੋਕਤ ਸਾਰੇ ਸੋ ਬਚਪਨ ਦੀਆਂ ਸਮੱਸਿਆਵਾਂ ਆਪਸ਼ਨ ਨੰਬਰ 3 ਸਹੀ ਹੈ ਜੀ ਬਚਪਨ ਦੇ ਵਿੱਚ ਸਮੱਸਿਆਵਾਂ ਇਹ ਹੀ ਹੁੰਦੀਆਂ ਨੇ ਭਾਵਨਾਵਾਂ ਭਟਕਦੀਆਂ ਨੇਗੀਆਂ ਤੇ ਸੈਕਸ ਸੰਬੰਧੀ ਸਮੱਸਿਆਵਾਂ ਆਉਂਦੀਆਂ ਨੇਗੀਆਂ ਬੱਚਾ ਡਿਸੀਜਨ ਲੈਣਾ ਨਹੀਂ ਨਹੀਂ ਲੈ ਪਾਉਂਦਾ ਘਬਰਾਹ ਜਾਂਦਾ ਇਹਨਾਂ ਗੱਲਾਂ ਹੁੰਦੀਆਂ 6 ਨੰਬਰ ਪ੍ਰਸ਼ਨ ਜੀ ਬਾਦਦਾ ਅਤੇ ਵਿਕਾਸ ਹਨ ਇੱਕ ਦੂਜੇ ਦੇ ਵਿਰੁੱਧ ਹਨ ਇੱਕ ਦੂਜੇ ਦੇ ਸਮਾਨ ਹਨ ਇੱਕ ਦੂਜੇ ਦੇ ਪੂਰਕ ਹਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਤਿੰਨ ਨੰਬਰ ਆਪਸ਼ਨ ਸਹੀ ਹੈ ਜੀ ਇੱਕ ਦੂਜੇ ਦੇ ਪੂਰਕ ਨੇ ਬਾਦਦਾ ਤੇ ਵਿਕਾਸ ਆਪਸ਼ਨ ਨੰਬਰ 3 ਸਹੀ ਆ 7 ਨੰਬਰ ਪ੍ਰਸ਼ਨ ਜੀ ਬਾਲ ਵਿਕਾਸ ਡੈਸ਼ ਦਾ ਅਧਿਆਨ ਹੈ ਬੱਚੇ ਦੇ ਵਿਵਹਾਰ ਦਾ ਅਧਿਆਨ ਹੈ ਤੱਤਾ ਨੂੰ ਪ੍ਰਭਾਵਿਤ ਕਰਨ ਵਾਲਾ ਵਿਕਾਸ ਬੱਚੇ ਦੇ ਵਿਕਾਸ ਦੇ ਵੱਖ-ਵੱਖ ਖੇਤਰ ਉਪਰੋਕਤ ਸਾਰੇ ਸੋ ਬਾਲ ਵਿਕਾਸਿਕ ਬੱਚੇ ਦੇ ਵਿਕਾਸ ਦੇ ਬਾਰੇ ਦੇ ਵਿੱਚ ਅਧਿਐਨ ਕਰਨਾ ਆਪਾਂ ਪੜ੍ਹਨਾ ਹੈ ਪ੍ਰੋਪਰ ਸਟੱਡੀ ਕਰਨੀ ਆ ਬੱਚੇ ਦੇ ਵਿਕਾਸ ਦੇ ਬਾਰੇ ਦੇ ਵਿੱਚ ਤਾਂ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਜੀ অপਸ਼ਨ ਨੰਬਰ 4 ਸਹੀ ਆ ਬੱਚੇ ਦਾ ਬਵਿਹਾਰ ਉਹਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਉਹ ਚੀਜ਼ਾਂ ਵੀ ਹੋਣਗੀਆਂ ਉਹਦੇ ਸਾਰੇ ਖੇਤਰ ਵੀ ਵਿਕਾਸ ਕਿਹੜੇ-ਕਿਹੜੇ ਖੇਤਰ 'ਚ ਘਟ ਵੱਧ ਕਿਵੇਂ-ਕਿਵੇਂ ਹੁੰਦਾ ਸੋ ਇਹ ਸਾਰੀਆਂ ਗੱਲਾਂ ਵਿੱਚ ਆਉਣਗੀਆਂ ਬਾਲ ਵਿਕਾਸ ਦਾ ਜਦੋਂ ਆਪਾਂ ਅਧਿਐਨ ਕਰਾਂਗੇ অপਸ਼ਨ ਨੰਬਰ 4 ਸਹੀ ਆ ਜੀ ਸੋ ਅਗਲਾ ਪ੍ਰਸ਼ਨ 8 ਨੰਬਰ ਜੀ ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ ਤੁਸੀਂ ਉਹਨਾਂ ਨੂੰ ਪੜ੍ਹਾਓਗੇ ਮਤਲਬ ਜਿਹੜੀ ਤੁਸੀਂ ਕਲਾਸ ਲਾ ਰਹੇ ਹੋ ਉਹਦੇ ਵਿੱਚ ਕੁਝ ਬੱਚੇ ਛਾਦਾ ਮਤਲਬ ਕਹਸਦੇ ਹਾਂ ਬੁੱਧੀਮਾਨ ਨੇ ਅਲੱਗ ਰਹਿਗੇ ਉਹਨਾਂ ਨੂੰ ਕਿਵੇਂ ਪੜ੍ਹਾਇਆ ਜਾਊਗਾ ਕਲਾਸ ਦੇ ਨਾਲ ਹੀ ਪੜ੍ਹਾਉਣਾ ਹੈ ਉਚੇਰੀ ਕਲਾਸਾਂ ਦੇ ਵਿੱਚ ਵੱਡੀਆਂ ਕਲਾਸਾਂ 'ਚ ਭੇਜ ਦਿਓਗੇ ਸਮ੍ਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਕੇਵਲ ਉਦੋਂ ਜਦੋਂ ਉਹ ਚਾਹਣ ਸੋ ਦੋ ਤਿੰਨ ਗੱਲਾਂ ਤਾਂ ਸਿੱਧੀਆਂ ਹੀ ਕੱਟੀਆਂ ਗਈਆਂ ਵੀ ਉੱਚੀ ਕਲਾਸ 'ਚ ਤਾਂ ਨਹੀਂ ਪੇਜ ਸਕਦੇ ਜਦੋਂ ਉਹ ਚਾਹਣ ਉਹਦੋਂ ਵੀ ਨਹੀਂ ਇੱਥੇ ਕੇ ਦੋ ਇੱਕ ਨੰਬਰ ਆਪਸ਼ਨ ਤੇ ਤਿੰਨ ਦੇ ਵਿੱਚੋਂ ਆਪਾਂ ਚੁਣਨਾਗਾ ਸੋ ਤਿੰਨ ਨੰਬਰ ਪ੍ਰੋ ਜਿਹੜੀ ਹੈਗੀ ਆਪਸ਼ਨ ਉਹ ਸਹੀ ਠੁਕਦੀ ਹੈ ਜੀ ਸਮਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਮਤਲਬ ਉਹਨਾਂ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਏ ਜਾਣ ਜਿਨ੍ਹਾਂ ਜਿਹੜੇ ਇੰਟੈਲੀਜੈਂਟ ਬੱਚਿਆਂ ਨੂੰ ਵੀ ਮਤਲਬ ਨਾਲ ਰੱਖਣ ਤੇ ਉਹਨਾਂ ਦੀ ਸਮਝ ਸ਼ਕਤੀ ਹੋਰ ਵਧੇ ਉਹ ਬੋਰ ਨਾ ਹੋਣ ਇਹ ਜਿਹੇ ਪ੍ਰੋਗਰਾਮ ਹਨ অপਸ਼ਨ ਨੰਬਰ 3 ਸਹੀ ਹੈ ਜੀ 9 ਨੰਬਰ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਵਿਕਾਸ ਨਾਲ ਸੰਬੰਧਿਤ ਨਹੀਂ ਹੈ ਯੋਗਤਾ ਵਿੱਚ ਵਾਧਾ ਵਿਵਹਾਰ ਵਿੱਚ ਤਬਦੀਲੀ ਸੁਭਾਅ ਅਤੇ ਮਨੋਵਿਅਤੀ ਅਤੇ ਤਬਦੀਲੀ ਆਕਾਰ ਵਿੱਚ ਤਬਦੀਲੀ ਬਹੁਤ ਸੋਹਣਾ ਪ੍ਰਸ਼ਨ ਹੈ ਬਹੁਤ ਵਧੀਆ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਵਿਕਾਸ ਨਾਲ ਸੰਬੰਧਿਤ ਨਹੀਂ ਹੁਣ ਸਾਰੀਆਂ ਗੱਲਾਂ ਕਿਹੜੀਆਂ ਕਿਹੜੀਆਂ ਗੱਲਾਂ ਵਿਕਾਸ ਦੇ ਨਾਲ ਸੰਬੰਧਿਤ ਨੇ ਕਿਹੜੀ ਨਹੀਂ ਹੈਗੀ ਉਹ ਲੱਭਣੀ ਹੈ ਦੇਖੋ ਯੋਗਤਾ ਦੇ ਵਿੱਚ ਵਾਧਾ ਹੋ ਜਾਣਾ ਵਿਕਾਸ ਹੈਗਾ ਮਨ ਲੋ ਕੋਈ ਜੀ ਕਿਸੇ ਦਾ ਲੈਵਲ ਇੱਥੇ ਹੈ ਯੋਗਤਾ ਦਾ ਤਾਂ ਉਹ ਵੱਧ ਗਿਆ ਤਾਂ ਉਹ ਵਿਕਾਸ ਹੈਗਾ ਵਿਵਹਾਰ ਵਿੱਚ ਤਬਦੀਲੀ ਵਿਕਾਸ ਦਾ ਮੁੱਖ ਮਨੋਰਥ ਹੀ ਵਿਵਹਾਰ ਦੇ ਵਿੱਚ ਤਬਦੀਲੀ ਹੈ ਸਿੱਖਿਆ ਦਾ ਮਤਲਬ ਵੀ ਇਹ ਬਣ ਜਾਂਦਾ ਸੋ ਆਕਾਰ ਦੇ ਵਿੱਚ ਤਬਦੀਲੀ ਹੋਣਾ ਇਹ ਵੀ ਵਿਕਾਸ ਦੇ ਬਾਧੇ ਚ ਆ ਜਾਂਦਾ ਹੈ ਬਾਧਾ ਵਿਕਾਸ ਦਾ ਹੀ ਭਾਗ ਹੈ ਤਾਂ ਆਪਸ਼ਨ ਨੰਬਰ 3 ਆਉ ਸੁਭਾਅ ਅਤੇ ਮਨੋਵਿਰਤੀ ਵਿੱਚ ਤਬਦੀਲੀ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਵੀ ਸੁਭਾਅ ਦਾ ਕੋਈ ਮਤਲਬ ਨਹੀਂ ਹੁੰਦਾ ਸੁਭਾਅ ਕਾਹ ਕਿਹਾ ਜਾਏਗਾ ਉਹਦੇ ਵਿੱਚ ਸੁਭਾ ਦਾ ਕੋਈ ਵਿਕਾਸ ਨਹੀਂ ਹੁੰਦਾ ਮਤਲਬ অপਸ਼ਨ ਨੰਬਰ 3 ਸਹੀ ਹੈ ਜੀ 10 ਨੰਬਰ ਪ੍ਰਸ਼ਨ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਬਾਦ ਦੇ ਅਤੇ ਵਿਕਾਸ ਬਾਰੇ ਸਹੀ ਨਹੀਂ ਹੈ ਬਾਦਾ ਮਾਤ੍ਰਮਕ ਅਤੇ ਵਿਕਾਸ ਗੁਨਾਤਮਕ ਹੈ ਠੀਕ অপਸ਼ਨ ਹੈ ਇਹ 2 ਨੰਬਰ অপਸ਼ਨ ਬਾਦ ਦੇ ਵਿੱਚ ਢਾਂਚੇ ਵਿੱਚ ਤਬਦੀਲੀਆਂ ਸ਼ਾਮਲ ਹੁੰਦੀਆਂ ਹਨ ਨਾ ਕਿ ਕਾਰਜ ਇਹ ਵੀ ਬਿਲਕੁਲ ਠੀਕ ਹੈ ਕਸੂਰ ਅਵਸਥਾ ਤੋਂ ਬਾਅਦ ਸਰੀਰਕ ਬਾਦਦਾ ਹੌਲੀ ਹੋ ਜਾਂਦਾ ਹੈ ਇਹ ਵੀ ਗੱਲ ਠੀਕ ਹੈ ਜੀ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਇਹ ਤਾਂ ਸਾਰੀਆਂ ਆਪਸ਼ਨਾਂ ਠੀਕ ਨੇ ਨਹੀਂਆਂ ਇੱਥੇ ਆਪਾਂ ਤੋਂ ਕਿਤੇ ਗਲਤੀ ਹੋ ਗਈ ਮਤਲਬ ਬਾਦਦੇ ਤੇ ਵਿਕਾਸ ਦੇ ਬਾਰੇ ਇਹ ਸਾਰੀਆਂ ਗੱਲਾਂ ਸਹੀ ਲਿਖੀਆਂ ਪਈਆਂ ਨਹੀਂਆਂ ਇਹਦਾ ਅਨਸਰ ਆਪਾਂ 4 ਨੰਬਰ ਅਨਸਰ ਇੱਥੇ ਇਹਦੇ ਵਿੱਚ ਤੁਹਾਨੂੰ ਕਰਨਾ ਪਊਗਾ ਨਹੀਂ ਇੱਥੇ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਨਹੀਂ ਹੈ ਤਾ ਆਪਸ਼ਨ ਆਪਾਂ ਨੂੰ ਚੁਣੀ ਜਾਊਗੀ ਤਾਂ ਹੀ ਚੁਣੀ ਜਾਊਗੀ ਆਪਸ਼ਨ ਬੈਸੇ ਗੱਲਾਂ ਇਹ ਸਾਰੀਆਂ ਸਹੀ ਲਿਖੀਆਂ ਪਈਆਂ ਨੇ ਜੀ ਬਾਦਾ ਮਾਤਰਾਮਤਕ ਹੁੰਦਾ ਹੈ ਗੋ ਵਿਕਾਸ ਗੁਨਾਤਮਕ ਹੁੰਦਾ ਹੈ ਬਾਦ ਦੇ ਵਿੱਚ ਤਾਂ ਚੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਇੰਨੀਆਂ ਕਿਸੋਰ ਅਵਸਥਾ ਤੋਂ ਬਾਅਦ ਸਰੀਰਕ ਵਾਧਾ ਰੁਕ ਜਾਂਦਾ ਹੈ ਹੌਲੀ ਹੋ ਜਾਂਦਾ ਹੈ ਵਿਕਾਸਿਕ ਨਿਰੰਤਰ ਪ੍ਰਕਿਰਿਆ ਨਹੀਂ ਹੈ ਫੇਰ ਇਹ ਆਪਸ਼ਨ ਸਹੀ ਬਣ ਜੂ 11 ਨੰਬਰ ਪ੍ਰਸ਼ਨ ਜੀ ਹੇਠ ਦਿੱਤੇ ਸਿਧਾਂਤਾਂ ਵਿੱਚੋਂ ਕਿਹੜਾ ਸਿਧਾਂਤ ਬਾਲ ਵਿਕਾਸ ਵਿੱਚ ਵਾਤਾਵਰਣਕ ਦੇ ਕਾਰਕਾਂ ਨੂੰ ਮਹੱਤਵ ਦਿੰਦਾ ਹੈ ਸਮਾਜਿਕ ਸਿੱਖਣ ਨਿਰੰਤਰਤਾ ਦਾ ਸਿਧਾਂਤ ਅੰਤਰ ਸਬੰਧ ਦਾ ਸਿਧਾਂਤ ਇੱਕ ਹੀ ਕਰਨ ਦਾ ਸਬੰਧ ਸੋ ਇਥੋਂ ਰਿਲੇਟ ਕਰਨਾ ਜੀ ਪ੍ਰਸ਼ਨ ਵਾਤਾਵਰਣ ਤੋਂ ਥੋੜਾ ਪੰਨੋ ਛੋਟਾ ਕਰ ਲਈਏ ਹੇਠ ਦਿੱਤੇ ਸਿਧਾਂਤ ਨੇ ਜਿਹੜੇ ਆ ਥੱਲੇ ਸਿਧਾਂਤ ਦਿੱਤੇ ਹੋਏ ਨੇ ਵਿਕਾਸ ਦੇ ਨਾਲ ਸੰਬੰਧਿਤ ਸਿਧਾਂਤ ਨੇ ਇਹ ਸਾਰੇ ਕਿਹੜਾ ਸਿਧਾਂਤ ਬਾਲ ਵਿਕਾਸ ਵਿੱਚ ਵਾਤਾਵਰਣ ਦੇ ਕਾਰਕਾਂ ਨੂੰ ਮਹੱਤਵ ਦਿੰਦਾ ਤਾਂ ਸਮਾਜਿਕ ਸਿੱਖਣ ਹੀ ਦਿਊਗਾ ਵਾਤਾਵਰਨ ਦੀ ਗੱਲ ਸਮਾਜ ਦੇ ਵਿੱਚੋਂ ਹੀ ਪੈਦਾ ਹੋਊਗੀ ਆਪਸ਼ਨ ਨੰਬਰ 1 ਸਹੀ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕੁੱਲ ਪ੍ਰੇਰਕ ਗਰੋਸ ਮੋਟਰ ਕੌਸਲ ਦਾ ਉਦਾਹਰਨ ਹੈ ਜਿੱਥੇ ਵੱਧ ਮਤਲਬ ਤਾਕਤ ਲੱਗਦੀ ਹੈ ਵੱਧ ਸਰੀਰਕ ਅੰਗਾਂ ਦੀ ਪ੍ਰੈਕਟਿਸ ਹੁੰਦੀ ਹੈ ਉਹ ਗਰੋਸ ਮੋਟਰ ਸਕਿਲ ਹੁੰਦਾ ਹੈ। ਉਦੋਂ ਹੀ ਉਦਾਹਰਨ ਕਿਹੜਾ ਨਹੀਂ ਹੈਗਾ ਇੱਥੇ ਮੋਤੀਆਂ ਨੂੰ ਲੜੀ ਵਿੱਚ ਪਰੋਂਦਾ। ਦੌੜ ਲਗਾਉਣਾ ਪੌੜੀਆਂ ਚੜ੍ਹਨਾ ਇੱਕ ਲੱਬ ਤੇ ਕੁੱਦਣਾ ਸੋ ਆਪਸ਼ਨ ਨੰਬਰ 1 ਸਿੱਧੀ ਦਿਖਦੀ ਆ ਆਪਾਂ ਨੂੰ ਆ ਜਿਹੜੀਆਂ ਤਿੰਨ ਆਪਸ਼ਨਾਂ ਨੇ ਇਹਨਾਂ ਦੇ ਵਿੱਚ ਸਰੀਰਕ ਕਸਰਤ ਕਿੰਨੀ ਹੋ ਰਹੀ ਆ ਆ ਬਹੁਤ ਐਨਰਜੀ ਲੱਗ ਰਹੀ ਆ ਮੋਤੀਆਂ ਨੂੰ ਲੜੀ ਵਿੱਚ ਪਰੋਣਾ ਇਹ ਫਾਈਨ ਸਕਿੱਲ ਗਰੋ ਹ ਹੈ ਕਹਿ ਸਕਦੇ ਆਪਾਂ 13 ਨੰਬਰ ਪ੍ਰਸ਼ਨ ਜੀ ਵਿਕਾਸ ਦੇ ਸਿਧਾਂਤਾਂ ਨੂੰ ਜਾਣਨਾ ਜ਼ਰੂਰੀ ਹੈ ਪ੍ਰਬੰਧਕ ਲਈ ਅਧਿਆਪਕ ਲਈ ਮਾਪਿਆਂ ਲਈ ਉਪਰੋਕਤ ਸਾਰਿਆਂ ਦੀ ਵਿਕਾਸ ਦੇ ਸਿਧਾਂਤਾਂ ਨੂੰ ਸਾਰਿਆਂ ਲਈ ਜਾਨਣਾ ਜ਼ਰੂਰੀ ਹੈ ਜੀ ਪ੍ਰਬੰਧਕਾਂ ਲਈ ਅਧਿਆਪਕਾਂ ਲਈ ਮਾਪਿਆਂ ਲਈ ਆਪਸ਼ਨ ਨੰਬਰ 4 ਸਹੀ ਆ 14 ਨੰਬਰ ਪ੍ਰਸ਼ਨ ਜੀ ਕਿਸ ਸਿਧਾਂਤ ਦੇ ਅਨੁਸਾਰ ਵਿਕਾਸ ਦੀ ਪ੍ਰਕਿਰਿਆ ਸਿਰ ਤੋਂ ਸ਼ੁਰੂ ਹੁੰਦੀ ਹੈ ਅੰਤਰ ਸਬੰਧ ਦਾ ਵਿਕਸਿਧਾਂਤ ਸਧਾਰਨ ਤੋਂ ਵਿਸ਼ੇਸ਼ ਦਾ ਸਿਧਾਂਤ ਨਿਰੰਤਰ ਗਤੀਸ਼ੀਲਤਾ ਦਾ ਸਿਧਾਂਤ ਇੱਕ ਹੀ ਕਰਨ ਦਾ ਸਿਧਾਂਤ ਸੋ ਇਹ ਥੋੜਾ ਆ ਪ੍ਰਸ਼ਨ ਪਹਿਲਾਂ ਵੀ ਕਰਾਇਆ ਹੋਇਆ ਇਹਦੇ ਨਾਲ ਮਿਲਦਾ ਜੁਲਦਾ ਵੀ ਮਤਲਬ ਸਿਰ ਤੋਂ ਸ਼ੁਰੂ ਹੁੰਦੀ ਹੈ ਇਹ ਸਤਾਰਨ ਤੋਂ ਵਿਸ਼ੇਸ਼ ਆਊਗਾ ਆਪਸ਼ਨ ਨੰਬਰ 2 ਸਹੀ ਹੈ ਜੀ 15 ਨੰਬਰ ਪ੍ਰਸ਼ਨ ਅੱਜ ਦੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਹੈ ਜੀ ਸੋ ਆਪਾਂ ਇਸ ਤਰ੍ਹਾਂ ਦੇ ਹੁਣ ਐਸੇ ਸੈਸ਼ਨ ਦੇ ਵਿੱਚ 8-9 ਲੈਕਚਰ ਲਗਾ ਚੁੱਕੇ ਹਾਂ ਬਕਾਇਦਾ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੈ ਉੱਥੋਂ ਦਾ ਆ ਕੇ ਸਾਰੇ ਲੈਕਚਰ ਸੁਣ ਸਕਦੇ ਹੋ ਤੁਸੀਂ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ ਜਿਸ ਵਿੱਚ ਸਿੱਖਿਆ ਹੈ ਅਸੀਮਤ ਹੈਗੀ ਸਿੱਖਿਆ ਜ਼ਰੂਰੀ ਹੈ ਬਹੁਤ ਜ਼ਰੂਰੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਅਸੀਮਤ ਹੁੰਦੀ ਹੈ ਜੀ ਆਪਸ਼ਨ ਨੰਬਰ 1 ਸਹੀ ਆ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ ਜਿਸ ਵਿੱਚ ਸਿੱਖਿਆ ਮਤਲਬ ਅਸੀਮਤ ਹੀ ਹੈ ਕਿੰਨਾ ਮਰਜੀ ਸਿੱਖਿਆ ਜਾ ਸਕਦਾ ਹੈ ਆਪਸ਼ਨ ਨੰਬਰ 1 ਸਹੀ ਹੈ ਜੀ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਸਾਥੀ ਨਵੇਂ ਨੇ ਚੈਨਲ ਤੇ ਅੱਗੇ ਹੋਰ ਦੋਸਤਾਂ ਮਿੱਤਰਾਂ ਤੱਕ ਆਪਣੇ ਲੈਕਚਰ ਸ਼ੇਅਰ ਕਰਿਓ ਮਿਲਦੇ ਆਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ